ਤੇ ਉਧਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ADGP ਰੋਹਿਤ ਚੌਧਰੀ ਵੱਲੋਂ ਦੌਰਾ ਕੀਤਾ ਗਿਆ ਇਸ ਮੌਕੇ ਜਿੱਥੇ ਉਹਨਾਂ ਨੇ 32 ਮੁਲਾਜ਼ਮਾਂ ਨੂੰ ਤਰੱਕੀ ਦਿੱਤੀ। ਉੱਥੇ ਹੀ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਵੱਧ ਰਹੇ ਮੋਬਾਈਲ ਫੋਨਾਂ ਅਤੇ ਨਸ਼ਿਆਂ 'ਤੇ ਨਾਖ ਪਾਉਣ ਲਈ ਕਿਹਾ। ਉਹਨਾਂ ਆਖਿਆ ਕਿ ਜੇਲ੍ਹ ਵਿੱਚ ਮੋਬਾਈਲ ਫੋਨਾਂ ਦਾ ਪਹੁੰਚਣਾ ਸੁਰੱਖਿਆ ਪ੍ਰਬੰਧ ਦੀਆਂ ਖਾਮੀਆਂ ਨੂੰ ਦਰਸਾਉਂਦਾ ਅਤੇ ਜਿਨ੍ਹਾਂ ਦੀ ਰੋਕਥਾਮ ਲਈ ਜਲਦ ਜੈਮਰ ਲਗਾਏ ਜਾਣੇ ਚਾਹੀਦੇ ਆ। ਤੀਸ 30 ਸਾਲ ਦੀ ਸਰਵਿਸ ਹੋ ਗਈ ਬਾਰਡਰਾਂ ਦੀ ਔਰ ਇੱਕ ਬੜਾ ਸਟੈਗਨੇਸ਼ਨ ਸੀਗਾ ਡਿਪਾਰਟਮੈਂਟ ਦੇ ਵਿੱਚ। ਤੋ ਉਹ ਅਸੀਂ ਮੈਨੂੰ ਫੈਸਲਾ ਲਿਆ ਕਿ ਜਿਹੜੇ 25 ਸਾਲ ਜਿਨ੍ਹਾਂ ਨੇ ਕੰਪਲੀਟ ਕੀਤੀ ਹੈ ਸਰਵਿਸ ਐਸ ਬਾਰਡਰ, ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈਡ ਬਾਰਡਰ ਦੇ ਉੱਤੇ। 32 ਸੀਗੇ ਬੰਦੇ ਜੋ ਅੱਜ ਅਸੀਂ ਪ੍ਰਮੋਟ ਕੀਤੇ ਹੈ ਔਰ ਪੂਰੇ ਸਟੇਟ ਦੇ ਵਿੱਚ ਕਰੀਬ 300 ਆਦਮੀ ਅਸੀਂ ਪ੍ਰਮੋਟ ਕੀਤੇ। ਸਿਕਿਉਰਟੀ ਜ਼ੋਨ ਜੋ ਬਣਾਏ ਹੋਏ ਹੈ ਸਾਰੀ ਜੇਲ੍ਹਾਂ ਦੇ ਵਿੱਚ ਔਰ ਇੱਥੇ ਵੀ ਸਿਕਿਉਰਟੀ ਜ਼ੋਨ ਹੈ ਔਰ ਇਹ ਰੈਗੂਲਰ ਚੈਕਿੰਗ ਤੋਂ ਰੈਗੂਲਰ ਹੁਣ ਅਸੀਂ ਬਣਾਇਆ ਪੁਲਿਸ ਦੇ ਨਾਲ ਤਾਲਮੇਲ ਕਰਕੇ ਇੱਕ ਰੈਗੂਲਰ ਫੀਚਰ ਹੈ। ਈਵਨ ਡਿਪਟੀ ਕਮਿਸ਼ਨਰ ਨੂੰ ਵੀ ਲੈਟਰ ਲਿਖਿਆ ਹੈ ਮਹੀਨੇ ਮੇਂ ਇੱਕ ਵਾਰ ਜ਼ਰੂਰ ਆਇਆ ਕਰ ਜੇਲ੍ਹਾਂ ਦੇ ਵਿੱਚ। ਸੋ ਇਹ ਤਾਂ ਜੋ ਹੈ ਰੈਗੂਲਰ ਹੈ ਕਿਉਂਕਿ ਅਭੀ ਇਕਵਿਪਮੈਂਟ ਵੀ ਉਤਨਾ ਨਹੀਂ ਹੈ ਜਿਤਨਾ ਹੋਣਾ ਚਾਹੀਦਾ ਹੈ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ 100% ਫੂਲ ਪਰੂਫ ਹੋਏਗਾ ਕਿ ਵੀ ਕੋਈ ਮੋਬਾਈਲ ਮਿਲ ਹੀ ਨਹੀਂ ਸਕਦਾ, ਲੇਕਿਨ ਇਹ ਜ਼ਰੂਰੀ ਅਗਰ ਆ ਵੀ ਜਾਏ ਕਿਸੇ ਤਰੀਕੇ ਨਾਲ ਤਾਂ ਫੜਿਆ ਜਾਣਾ ਚਾਹੀਦਾ ਜਿਵੇਂ ਕਿ ਦੋ ਇੱਥੇ ਫੜੇ ਗਏ।